ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਯਾਰ ਮੋਡੀਫਾਈਡ ਕਲੱਬ ਦੀ ਇੱਕ ਨਵੀਂ ਵੀਡੀਓ ਆ ਚੁੱਕੀ ਹੈ ਤੇ ਨਵੀਂ ਵੀਡੀਓ ਬਹੁਤ ਹੀ ਖਾਸ ਹੋਣ ਜਾ ਰਹੀ ਹੈ ਕਿਉਂਕਿ ਗਿਲਕਾਰ ਆਡੀਓ ਵੱਲੋਂ ਹੋਇਆ ਟਰੈਕਟਰ ਤਿਆਰ ਤੇ ਟਰੈਕਟਰ ਆਇਆ ਬਹੁਤ ਦੂਰ ਤੋਂ ਹਰਿਆਣਾ ਤੋਂ ਮਤਲਬ ਰਾਜਸਥਾਨ ਵੱਲੋਂ ਵੀ ਪਿਆਰ ਮਿਲ ਗਿਆ ਪੰਜਾਬ ਵੱਲੋਂ ਤਾਂ ਪਿਆਰ ਮਿਲਦਾ ਹੀ ਮਿਲਦਾ ਹੈ ਤੇ ਅੱਜ ਦਾ ਜਿਹੜਾ ਪਿਆਰ ਹੈ ਉਹ ਰੁਤਕ ਤੋਂ ਵੀ ਮਿਲ ਗਿਆ ਐ ਬਈਆ ਕੀ ਹਾਲ ਚਾਲ ਹੈ ਤਾਂ ਇਹ ਆ ਜੀ ਮਾਰੇ ਹਰਿਆਣਵੀ ਭਾਈ ਤੋਂ ਜਿਨ੍ਹਾਂ ਨੇ ਹਮਾਰਾ ਬਹੁਤ ਸਾਥ ਦਿੱਤਾ ਸੀ ਖੇਤਾਨੀ ਅੰਦੋਲਨ ਵਿੱਚ ਵੀ ਔਰ ਅੱਜ ਵੀ ਪੰਜਾਬ ਸੇ ਟਰੈਕਟਰ ਮੋਡੀਫਾਈ ਕਰਾ ਕੇ ਕਿਹੋ ਜਿਹਾ ਲੱਗ ਰਿਹਾ ਭਾਈ ਸਾਹਿਬ ਲੈ ਇਹ ਬਤਾਓ ਆਪਣਾ ਨਾਮ ਬਤਾ ਦਿਓ ਪਹਿਲੇ ਸਭ ਤੋਂ ਪਹਿਲੇ ਰਾਜੀਸ਼ ਨਾਮ ਹੈ ਜੀ ਹਰਿਆਣਾ ਦਾ ਆਪਣਾ ਨਾਮ ਰਾਜੀਸ਼ ਹੈ ਹਾਂ ਜੀ ਤੋਂ ਰਾਜੀਸ਼ ਭਾਈ ਕੰਮ ਕਿਹੋ ਜਿਹਾ ਲੱਗਾ ਬਹੁਤ ਬੜੀਆ ਜੀ ਤੋਂ ਭਾਈ ਸਾਹਿਬ ਬੈਸਟ ਕੰਮ ਹੈ ਪੰਜਾਬ ਮੇ ਸਭ ਸੇ ਬੈਸਟ ਮੈਨੂੰ ਯਹੀ ਲੱਗਾ ਕੀ ਬਾਤ ਹੈ ਤੋਂ ਭਾਈ ਸਾਹਿਬ ਕੋ ਅਗਰ ਬੜੀਆ ਲੱਗਾ ਹੈ ਤੋਂ ਆਪ ਵੀ ਵੀਡੀਓ ਮੈਂ ਐਂਡ ਤੱਕ ਦੇਖੋ ਕਿ ਆਪ ਸਭ ਲੋਕੋ ਕੋ ਕਿਹੋ ਜਿਹਾ ਲੱਗਤਾ ਹੈ ਬਿਲਕੁਲ ਅੱਜ ਹਿੰਦੀ ਔਰ ਪੰਜਾਬੀ ਜੋ ਹੈ ਉਹ ਮਿਕਸ ਚਲੇਗੀ ਤੋਂ ਭਾਈ ਸਾਹਿਬ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਅਜ ਜੇ ਭਰਾ ਨੂੰ ਹ ਗੱਲ ਭਾਜੀ ਐਂਡ ਕਰਾਤੀ ਜੀ ਭਾਜੀ ਕੀ ਕੀ ਲੱਗਾ ਹੈ ਮਾੜਾ ਜਿਹਾ ਹਿੰਟ ਦੇ ਦੋ ਇਹਦੇ ਵਿੱਚ ਭਾਜੀ ਚਾਹ 6 ਸਾਬੂ ਪਰ ਪਾਈਨੀਰ 12 12 ਦੇ ਆ ਜੀ ਬਾਕੀ ਸਾਰਾ ਮੋਡੀਫਿਕੇਸ਼ਨ ਕੀਤਾ ਟਾਇਰ ਬਸ ਇੰਨਾ ਕੀ ਦੱਸਣਾ ਸੀ ਹੁਣ ਵੀਡੀਓ ਚ ਪੂਰਾ ਦਿਖਾਣੇ ਆ ਹਾਂ ਜੀ ਹਾਂ ਇਹ ਵੀਡੀਓ ਨੂੰ ਐਂਡ ਤੱਕ ਦੇਖੀ ਚਲੋ ਤੇ ਐਂਡ ਕਰਾਂਦੇ ਆ ਔਰ ਬਾਈ ਵੀ ਆ ਮਾਰੇ ਸਾਥ ਭਾਈ ਆਪਕਾ ਨਾਮ ਕੀ ਹੈ ਅਭਿਸ਼ੇਕ ਤਾਂ ਅਭਿਸ਼ੇਕ ਭਾਈ ਤਸੱਲੀ ਹੋ ਗਈ ਹਾਂ ਬਿਲਕੁਲ ਤਾਂ ਆਓ ਫਿਰ ਹਮ ਆਪਕੋ ਵੀ ਦਿਖਾਤੇ ਆ ਚਲੋ ਆ ਵੀ ਇੱਕ ਵੀਡੀਓ ਕਰਦੇ ਆ ਸਟਾਰਟ ਵੀਡੀਓ ਦੇਖਿਓ ਐਂਡ ਤੱਕ ਮਜ਼ਾ ਆਉਣ ਵਾਲਾ ਚਲੋ ਆਓ ਚਲਿਓ ਇਹ ਟਰੈਕਟਰ ਦੀ ਡਿਟੇਲ ਜਿਹੜੀ ਸਟਾਰਟ ਕਰਨ ਜਾ ਰਹੇ ਆ ਫਰੰਟ ਸਾਈਡ ਤੋਂ ਸਭ ਤੋਂ ਪਹਿਲੇ ਤੇ ਆ ਦੇਖੋ ਜੀ ਸਵਰਾਜ 744 ਹੈ ਬਾਜੀ ਹਾਂਜੀ ਹਾਂਜੀ ਬਾਜੀ ਤੇ ਟਰੈਕਟਰ ਦੇਖੋ ਜੀ ਇੰਨੀ ਦੂਰ ਤੋਂ ਆਇਆ ਤਾਂ ਮਜ਼ੇ ਦਾ ਟਰੈਕਟਰ ਤਿਆਰ ਕਰਨ ਦਾ ਬੰਦਾ ਹੀ ਸੀਗਾ ਸਭ ਤੋਂ ਪਹਿਲੇ ਤੁਸੀਂ ਲਾਈਟਸ ਦੇਖ ਸਕਦੇ ਹੋ ਹੈਡਲਾਈਟਸ ਦੇ ਵਿੱਚ ਭਾਜੀ ਰਿੰਗ ਬਣਾਤੀ ਹਾਂਜੀ ਭਾਜੀ ਇਹਦੇ ਵਿੱਚ ਰਿੰਗ ਬਣਾਇਆ ਇਹਦੇ ਭਾਜੀ ਕਿੰਨੇ ਕ ਚਾਰਜਸ ਲੱਗ ਜਾਂਦੇ ਆ ਰਿੰਗ ਬਣਾਉਣ ਦੇ ਰਿੰਗ ਦੇ ਭਾਜੀ ਉਹੀ 1.5 ਤੋਂ 200 ਰੁਪਈਆ ਜਿਆਦਾ ਕੋਈ ਏਡੇ ਲੰਬੇ ਚਾਰਜਸ ਨਹੀਂਗੇ ਬਟ ਇਹ ਭਾਜੀ ਦੀ ਲਾਈਟ ਵੀ ਚੇਂਜ ਹੁੰਦੀ ਹੈ ਨਹੀਂ ਭਾਜੀ ਦੀ ਲਾਈਟ ਨਹੀਂ ਚੇਂਜ ਹੁੰਦੀ ਲਾਈਟ ਬਲੂ ਹੀ ਰਹਿਣੀ ਹੈ ਜਿਹੜੀ ਮਤਲਬ ਜਿੱਦਾਂ ਦਾ ਟਰੈਕਟਰ ਦਾ ਕਲਰ ਹੈ ਜਿੱਦਾਂ ਇਹਦਾ ਕਲਰ ਬਲੂ ਤੁਸੀਂ ਦੇਖ ਸਕਦੇ ਹੋ ਉਹਦੇ ਨਾਲ ਭਾਜੀ ਨੇ ਲਾਈਟ ਵੀ ਜਿਹੜੀ ਆ ਉਹ ਮੈਚ ਕਰਤੀ ਤੇ ਭਾਜੀ ਉਹਨਾਂ ਨੂੰ ਲਾਈਟ ਦੀ ਥੋੜੀ ਜਿਆਦਾ ਸੀ ਮਤਲਬ ਕਹਿਣ ਦਾ ਵਿੱਚ ਐਚ ਆਈ ਡੀ ਟਿਊਬਾਂ ਪਾਈਆਂ ਹੋਈਆਂ ਨੇ ਐਚ ਆਈ ਡੀ ਟਿਊਬਾਂ ਵੀ ਪਾਈਆਂ ਮਤਲਬ ਐਚ ਆਈ ਡੀ ਵੀ ਇਹਨੂੰ ਲਗੀਆਂ ਨੇ ਤਾਂ ਕਿ ਜਿਹੜਾ ਫੋਕਸ ਹੈ ਉਹ ਜੀ ਮਤਲਬ ਘੈਂਟ ਵਾਲਾ ਤੇ ਐਚ ਆਈ ਡੀ ਤੁਹਾਨੂੰ ਪਤਾ ਹੀ ਐਂਡ ਹੋ ਜਾਂਦਾ ਭਾਜੀ ਰੋਹੀ ਲੱਗੇ ਲਿਖਿਆ ਨਾਮ ਭਾਜੀ ਨੇ ਆਪਣਾ ਲਿਖਵਾਇਆ ਭਾਜੀ ਉਹਨਾਂ ਦਾ ਸਰਨੇਮ ਹੈ ਜੀ ਸਰਨੇ ਇਹ 28 ਇੰਚਾ ਲੰਬਾ ਆ ਭਾਜੀ ਤੇ ਇਹਦਾ weight ਕਿੰਨਾ ਹੋਊਗਾ ਭਾਜੀ weight ਭਾਜੀ ਇੱਕ ਕਵਾਂਟਲ ਦੇ ਨੀਅਰ ਅਬਾਉਟ ਆ ਜੀ ਇਹਦਾ ਇੱਕ ਕਵਾਂਟਲ ਦੇ ਨੀਅਰ ਅਬਾਉਟ ਹੈ ਤੇ ਬਹੁਤ ਵਧੀਆ ਜੀ ਇਸ ਤੋਂ ਬਾਅਦ ਆਪਾਂ ਨੀਚੇ ਤੁਹਾਨੂੰ ਦਿਖਾਣੇ ਆ ਇਹ ਲੱਗੀ ਹੈ ਜੀ ਪੀਸੀਆਰ ਲਾਈਟ ਜਿਹਨੂੰ ਆਪਾਂ ਪੁਲਿਸ ਲਾਈਟ ਵੀ ਕਹਿ ਦਿੰਨੇ ਆ ਤੇ ਇਸ ਤੋਂ ਨੀਤੇ ਆਪਾਂ ਤੁਹਾਨੂੰ ਦਿਖਾਣਾ ਚਾਹੁੰਦੇ ਆ ਰੂਟਸ ਦੇ ਚਾਰ ਹੋਰਨ ਮੈਗਾਸੋਨਿਕ ਤੇ ਇਹ ਸਾਰਾ ਦਾ ਸਾਰਾ ਕੰਮ ਜਿਹੜਾ ਹੁੰਦਾ ਗਿਲਕਾਰ ਆਡੀਓ ਤੋਂ ਤੇ ਤੁਸੀਂ ਵੀ ਆਪਣੇ ਟਰੈਕਟਰ ਦਾ ਜੇ ਬੰਪਰ ਐਕਸਟੈਂਡ ਕਰਾਣਾ ਚਾਹੁੰਦੇ ਹੋ ਹੋਰਨ ਲਵਾਉਣਾ ਚਾਹੁੰਦੇ ਹੋ ਤਾਂ ਸਾਰਾ ਕੰਮ ਇੱ ਇਸ ਤੋਂ نیچے ਤੁਹਾਨੂੰ ਮੈਂ ਦਿਖਾਣਾ ਚਾਹਨਾ ਵਾ ਪਰ ਇਹ ਬਾਹਰ ਲਾਈਟ ਫੁੱਲ ਲੈਂਥ ਵਾਲੀ ਹਾਂਜੀ ਭਾਜੀ 42 ਇੰਚ ਫੁੱਲ ਲੈਂਥ ਵਾਲੀ ਹੈ ਨਾ ਇਹਦੇ ਵਿੱਚ ਟਰੈਕਟਰ ਚ ਨਾ ਜਿਹੜੇ ਯੂਨੀਕ ਕੰਮ ਹੋਏ ਆ ਮੈਂ ਤੁਹਾਨੂੰ ਉਹ ਵੀ ਥੋੜਾ ਜਿਆ ਇੰਟਰੋਡਿਊਸ ਕਰਾਨਾ ਵਾ ਸਭ ਤੋਂ ਪਹਿਲੇ ਮੈਂ ਆਨਾ ਸਿਲੰਸਰ ਵਾਲੇ ਪਾਸੇ ਤੇ ਟਾਇਰ ਬਾਰੇ ਵੀ ਤੁਹਾਨੂੰ ਨੋਲੇਜ ਦਿੰਨੇ ਆ ਮੋਂਸਟਰ ਟਾਇਰ ਵੀ ਪਏ ਆ ਇਹਦੇ ਬਾਰੇ ਵੀ ਨੋਲੇਜ ਦਿੰਨਾ ਲੇਕਿਨ ਉਸ ਤੋਂ ਪਹਿਲੇ ਤੁਹਾਨੂੰ ਮੈਂ ਸਲੈਂਸਰ ਦਿਖਾਉਣਾ ਚਾਹੁੰਦਾ ਭਾਜੀ ਸਲੈਂਸਰ ਬਾਰੇ ਨੋਲੇਜ ਦਿਓ ਥੋੜੀ ਜੀ ਭਾਜੀ ਸਲੈਂਸਰ ਇਹਦਾ ਹਾਰਲੇ ਟਾਈਪ ਆ ਉਧਰਲੇ ਬੰਨੇ ਕੱਢਿਆ ਹੋਇਆ ਭਾਜੀ ਬੈਂਡ ਦੇ ਕੇ ਸਟੀਲ ਪਾਈਪ ਲਗਾ ਕੇ ਹੁਣ ਨਾ ਪੂਰਾ ਸਲੈਂਸਰ ਚੈੱਕ ਕਰੋ ਜੀ ਇਧਰੋਂ ਆ ਆਇਆ ਸਲੈਂਸਰ ਇਧਰੋਂ ਸਟੀਲ ਦੇ ਪਾਈਪ ਨੂੰ ਬੈਂਡ ਦੇ ਕੇ ਆਪਾਂ ਤੁਹਾਨੂੰ ਉਸ ਸਾਈਡ ਲੈ ਕੇ ਚਲਦੇ ਆ ਇਹ ਪੂਰਾ ਦਾ ਪੂਰਾ ਕੰਮ ਜਿਹੜਾ ਐਨ ਸ਼ੁਕੀਨੀ ਨਾਲ ਆਹ ਦੇਖੋ ਜੀ ਬੜੀ ਜ਼ਬਰਦਸਤ ਬੜੀ ਭਾਜੀ ਬੜੀ मतलब एदा जे साइलेंसर दा एद्दा दा मॉडिफिकेशन करानी होवे किन्ने के पैसे लग जांदे इत्ते पाजी 6500 ਰੁਪਏ ਖਰਚ ਆ ਜਾਂਦਾ ਸਾਰਾ ਕਰਨੇ ਦਾ ਪੈਸਾ ਸਾਰਾ ਕੁਛ ਫਿਟਿੰਗ ਫੁਟਿੰਗ ਸਮਾਨ ਸਾਰਾ ਕਰਕੇ ਹਾਂਜੀ ਹਾਂਜੀ ਤੇ ਜ਼ਬਰਦਸਤ ਆ ਬਾਈ ਇਹ ਆਪਕੀ ਪਸੰਦੀ ਬਾਈ ਨੇ ਖੁਦੀ ਸੁਜੈਸਟ ਕੀ ਆਪਕੋ ਬਾਈ ਦੀ ਤਰਫ ਸੇ ਤਾਂ ਬਾਈ ਨੇ ਖੁਦੀ ਸੁਜੈਸਟ ਕੀਆ ਹੈ ਹਾਂਜੀ ਹਾਂਜੀ ਪਾਜੀ ਸਰੋ ਮੇਂ ਬੋਲਾਦਾ ਕਿ ਕੁਛ ਡਿਫਰੈਂਟ ਕਰੇਂਗੇ ਕੁਛ ਡਿਫਰੈਂਟ ਕਰੇਂਗੇ ਜੀ ਓਕੇ ਜੀ ਓਕੇ ਤੋ ਬੜੀਆ ਲਗਾ ਕਾਮ ਨਾ ਬਹੁਤ ਬੜੀਆ ਕੀ ਬਾਤ ਹੈ ਜੀ ਤੋ ਇਹ ਐ ਸੀਗਾ ਜੀ ਸਲੈਂਸਰ ਦਾ ਕੰਮ ਤੇ ਉਸ ਤੋਂ ਬਾਅਦ ਆਗੇ ਜੀ 2 ਫੁੱਟੇ ਟਾਇਰ 2 ਫੁੱਟ ਟਾਇਰ ਵੀ ਉੱਥੇ ਹੀ ਵੇ ਵਜੀ ਹਾਂਜੀ ਭਾਜੀ ਇਹ ਸਪੀਡਵੇ ਦੇ ਆ ਜੀ ਸਪੀਡਵੇਸ ਦੇ 1904517 ਹੈ ਨਾ ਮਮਾ ਭਾਜੀ ਪਹਿਲਾਂ ਰਿੰਮ ਨਾਲੋਂ ਕਾਫੀ ਛੋੜੇ ਆ ਜੀ ਇਹ ਤਾਂ ਇਹ ਦੇਖ ਸਕਦੇ ਹੋ ਜੀ ਤੁਸੀਂ 1904517 ਸਪੀਡਵੇਸ ਦਾ ਟਾਇਰ ਹੈ ਜੇ ਮੈਂ ਚੌੜਾਈ ਚ ਟਾਇਰਾਂ ਦੀ ਗੱਲ ਕਰਾਂ ਭਾਜੀ ਸਭ ਤੋਂ ਛੋੜਾ ਟਾਇਰ ਸਪੀਡਵੇ ਦੇ ਹੀ ਹੈ ਹਾਂਜੀ ਹਾਂਜੀ ਭਾਜੀ ਬਾਕੀ ਥੋੜਾ ਜਿਹਾ ਐਮਆਰਐਲ ਦਾ ਟਾਇਰ ਥੋੜਾ ਘਟਮਾ ਹੋ ਜਾਂਦਾ ਹੈ ਨਾ ਘਟਮਾ ਜਾਂਦਾ ਤੇ ਇਹਦੇ ਡਰਮ ਵੀ ਭਾਜੀ ਥੋੜੇ ਜੇ ਇਹਦੇ ਡਰਮ ਵੀ ਜਿਹੜੇ ਐਕਸਟਰਾ ਚੌੜੇ ਬੰਦੇ ਆ ਤੇ ਵਿਦਆਊਟ ਸਪੈਸਰ ਭਾਜੀ ਇਹ ਵਿਦ ਆ ਭਾਜੀ ਨੇ ਬਲੂ ਦੇ ਨਾਲ ਜਿਹੜਾ ਵਾਈਟ ਦਾ ਕੰਬੀਨੇਸ਼ਨ ਆ ਰਿਮਾਂ ਦਾ ਵੀ ਜਿਹੜਾ ਪੇਂਟ ਆ ਉਹ ਵਾਈਟ ਕਰਕੇ ਦੇ ਦਿੱਤਾ। ਹਾਂਜੀ ਭਾਜੀ ਉਹ ਕਰੀਮ ਕਲਰ ਜਿਹੜਾ ਆਉਂਦਾ ਹੀ ਆ ਟਰੈਕਟਰ। ਹਾਂ ਕਰੀਮ ਜਿਹੜਾ ਟਰੈਕਟਰ ਦੇ ਨਾਲ ਮੈਚਿੰਗ ਹੋ ਗਿਆ। ਜੀ ਤੇ ਬਹੁਤ ਹੀ ਵਧੀਆ ਉਸ ਤੋਂ ਬਾਅਦ ਬੈਕ ਸਾਈਡ ਦੇ ਟਾਇਰ ਤੁਸੀਂ ਦੇਖ ਸਕਦੇ ਹੋ ਅਲਾਈਅੰਸ ਕੰਪਨੀ ਦੇ ਟਾਇਰ ਨੇ ਤੇ ਇਹ ਲੱਗੇ ਨੇ ਜੇ ਸਪਿੰਨਰ। ਜੀ ਸਪਿੰਨਰ ਭਾਜੀ ਕਿਹੰਡ? ਹਾਂਜੀ ਭਾਜੀ ਡਬਲ ਸਪਿੰਨਰ ਆ ਤੇ ਭਾਜੀ ਉਹਨਾਂ ਦੀ ਡਿਮਾਂਡ ਸੀਗੀ ਪੇ ਗਵਲੀ ਪਲੇਟ ਕੱਲੀ ਬਲੈਕ ਕਰਨੀ ਆ। ਅੱਛਾ ਪਿਛਲੀ ਪਲੇਟ ਜਿਹੜੀ ਉਹ ਬਲੈਕ ਰਿਮ ਕਹਿੰਦੇ ਸੀ ਉਹ ਤੋ ਕੰਮ ਤਸੱਲੀ ਕਾ ਜੈਸੇ ਬੋਲਾ ਵੈਸੇ ਹੀ ਮਿਲਾ ਹੈ ਨਾ ਤੋ ਇਹ ਸਾਈਡ ਤੋਂ ਪੇਟੀ ਚੈੱਕ ਕਰੋ ਇਸ ਤੋਂ ਪਹਿਲਾਂ ਤੁਹਾਨੂੰ ਮੈਂ ਦਿਖਾਣਾ ਸਟੀਰਿੰਗ ਇਹ ਤੁਸੀਂ ਚੈੱਕ ਕਰ ਸਕਦੇ ਹੋ ਜੀ ਸਟੀਰਿੰਗ ਜੀ ਐਨ ਡਬਲ ਠੀਕ ਹੈ ਜੀ ਸਟੀਰਿੰਗ ਹੈਂਡ ਵਾਲਾ ਇੱਕਦਮ ਵਧੀਆ ਵਾਲਾ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਜੀ ਡਾਊਨ ਸੀਲਿੰਗ ਤੇ 뮤직 ਸਿਸਟਮ ਡਾਊਨ ਸੀਲਿੰਗ ਦੇ ਕੇ ਸਭ ਤੋਂ ਪਹਿਲੇ ਫਰੰਟ ਸਾਈਡ ਤੇ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਸਭ ਤੋਂ ਉੱਪਰ ਤੁਸੀਂ ਚੈੱਕ ਕਰ ਸਕਦੇ ਹੋ ਲੱਗੀਆਂ ਨੇ ਹਮਰ ਲਾਈਟਸ ਨਾਈਟ ਦਾ ਟਾਈਮ ਹੈ ਲਾਈਟ ਤੁਹਾਨੂੰ ਨਜ਼ਰ ਆ ਰਹੀ ਹੋਊਗੀ ਕਿਉਂਕਿ ਮੈਂ ਹਰ ਵੀਡੀਓ ਚ ਕਹਿੰਦਾ ਹਾਂ ਨਾਈਟ ਵਿਊ ਜੇ ਮੈਨੂੰ ਮਿਲਿਆ ਤਾਂ ਮੈਂ ਜ਼ਰੂਰ ਪਾਉਂਗਾ ਪਰ ਨਹੀਂ ਮਿਲ ਪਾਂਦਾ ਪਰ ਅੱਜ ਨਾਈਟ ਟਾਈਮ ਦੇ ਉੱਤੇ ਤੁਹਾਨੂੰ ਮੈਂ ਉੱਥੇ ਚੈੱਕ ਕਰਵਾ ਰਿਹਾ ਤੁਸੀਂ ਉੱਪਰ ਚੈੱਕ ਕਰ ਸਕਦੇ ਹੋ ਲਾਈਟ ਜਿਹੜੀਆਂ ਹਮਰ ਲਾਈਟਸ ਨੇ ਬਹੁਤ ਦੀ ਕੈਂਟ ਲੁੱਕ ਚ ਦਿੰਦੀਆਂ ਨੇ ਤੇ ਉਸ ਤੋਂ ਬਾਅਦ ਸਕਰੀਨ ਲੱਗੀ ਹੈ LED ਸਕਰੀਨ ਤੁਸੀਂ ਚੈੱਕ ਕਰ ਸਕਦੇ ਹੋ ਮਲਟੀ ਕਲਰ ਵਾਲੀ ਜਿੱਥੇ ਗਿਲ ਕਾਰ ਆਡੀਓ ਲਿਖਿਆ ਆ ਰਿਹਾ ਤੇ ਭਰਾ ਦਾ ਨੰਬਰ ਨਾਲ ਨੀਚੇ ਫਲੈਸ਼ ਹੋ ਰਿਹਾ ਤੁਸੀਂ ਕਾਲ ਕਰੋ ਜੇ ਆਪਣਾ ਟਰੈਕਟਰ ਤਿਆਰ ਕਰਾਉਣਾ ਚਾਹੁੰਦੇ ਹੋ ਤਾਂ ਇੱਥੇ ਪਹੁੰਚ ਸਕਦੇ ਹੋ ਤੇ ਐਲੋ ਜੀ ਦਾ ਲਾਇਨ ਆਫ ਹਰਿਆਣਾ ਇਹ ਬਿਲਕੁਲ ਖੜਦੇ ਨੇ ਪੰਜਾਬੀਆਂ ਦੇ ਨਾਲ ਤੇ ਤੁਸੀਂ ਵੀ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਕੇ ਸਪੋਰਟ ਦਿਖਾਓ ਭਰਾਵਾਂ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਹ ਦੇਖੋ ਜੀ ਤੁਸੀਂ ਡਾਊਨ ਸਿਲਿੰਗ ਸ਼ੇਅਰ ਬਣਾਇਆ ਬਹੁਤ ਹੀ ਸੋਹਣੇ ਵਾਲਾ ਤੇ ਡਿਜ਼ਾਈਨ ਜਿਹੜਾ ਕੀਤਾ ਗਿਆ ਨਾ ਡਾਊਨ ਸਿਲਿੰਗ ਦਾ ਭਾਜੀ ਬਿਲਕੁਲ हटके ਤੇ ਬਿਲਕੁਲ ਪਿਆਰਾ ਹਾਂਜੀ ਭਾਜੀ ਸਾਰਾ ਤੁਹਾਡੇ ਡਿਫਰੈਂਟ ਹੀ ਹੈ ਇਹਦੇ ਚ ਤਿੰਨ ਕਲਰ ਦੀ ਲਾਈਟਿੰਗ ਯੂਜ਼ ਕੀਤੀ ਗਈ ਬਲੂ yellow ਔਰ red ਤੇ white ਕਲਰ ਨਾਲ ਟੱਚਿੰਗ ਦਿੱਤੀ ਗਈ black ਦੇ ਨਾਲ ਕੰਬੀਨੇਸ਼ਨ ਬਹੁਤ ਹੀ ਪਿਆਰਾ ਤੇ ਬਲੂ ਲੱਗੀਆਂ ਨੇ ਬਟਨ ਲਾਈਟਸ ਵੀ ਇਹਦੇ ਨਾਲ ਬਹੁਤ ਹੀ ਸੋਹਣਾ ਕੰਮ ਤੇ ਬਹੁਤ ਹੀ ਵਧੀਆ ਲੱਗਾ ਮੈਨੂੰ ਤੁਹਾਨੂੰ ਇਹ ਡਾਊਨ ਸਿਲਿੰਗ ਤੇ ਕਮੈਂਟ ਜ਼ਰੂਰ ਕਰਿਓ ਇਸ ਤੋਂ ਬਾਅਦ ਮੈਂ ਤੁਹਾਨੂੰ ਇੱਧਰ ਵੀ ਦਿਖਾ ਰਿਹਾ ਚਾਹਨਾ ਇੱਧਰ ਲੱਗੀ ਹੈ ਜੀ ਐਂਡਰੋਇਡ ਪਲੇਅਰ ਭਾਜੀ ਹਾਂ ਜੀ ਭਾਜੀ ਔਨਕੋਰ ਦਾ 4GB ਤੇ 32GB ਭਾਜੀ 4 32 ਦਾ ਐਂਡਰੋਇਡ ਪਲੇਅਰ ਲੱਗਾ ਤੁਸੀਂ ਚੈੱਕ ਕਰ ਸਕਦੇ ਹੋ ਇਹ ਬੈਕ ਸਾਈਡ ਤੇ ਕੈਮਰਾ ਵੀ ਲੱਗਾ ਭਾਜੀ ਬੈਕ ਸਾਈਡ ਤੇ ਕੈਮਰਾ ਤੇ ਸੋਨੀ ਦਾ ਭਾਜੀ 416 BT ਇਹਦੇ ਅੰਦਰ ਲੱਗਾ ਹੋਇਆ ਹੈ ਸੋਨੀ ਦਾ 416 ਇਹ ਦੇਖ ਲਈ ਤੁਸੀਂ ਪਲੇਅਰ ਵੀ ਲੱਗਾ ਜਿਹਦੀ ਆਉਟਪੁੱਟ ਬਹੁਤ ਹੀ ਘੈਂਟ ਵਾਲੀ ਹੋਣ ਵਾਲੀ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਉਣਾ 뮤ਜ਼ਿਕ ਸਿਸਟਮ ਭਾਜੀ 2 ਲੱਗੇ ਨੇ ਕੈਨਵੁੱਡ ਦੇ ਰਾਉਂਡ ਸਪੀਕਰ ਰਾਉਂਡ ਸਪੀਕਰ 2 ਇੱਧਰ ਲੱਗੇ ਨੇ 4 ਪਾਇਨੀਅਰ ਦੇ ਓਵਲ ਹਾਂਜੀ ਭਾਜੀ 2 ਤੇ ਆਹ ਲੱਗੇ ਨੇ ਜੀ 12 12 D4 2 2 4 ਤੇ 2 6 6 ਸਬੂਫਰ ਲੱਗੇ ਪਾਇਨੀਅਰ ਦੇ ਫਰੰਟ ਤੇ ਜਿਹੜਾ ਫਰੇਮ ਦਾ ਡਿਜ਼ਾਈਨ ਹੈ ਐਂਡ ਵਾਲਾ ਬੜਾ ਹੀ ਜ਼ਬਰਦਸਤ ਤੇ ਲਾਈਟਿੰਗ ਦੇ ਨਾਲ ਸੈਂਟਰ 'ਚ ਘੋੜਾ ਖੜਾ ਕੀਤਾ ਗਿਆ ਤੁਸੀਂ ਚੈੱਕ ਕਰੋ ਜ਼ਬਰਦਸਤ ਵਾਲਾ ਤੇ ਇਹ ਸਾਰਾ ਦਾ ਸਾਰਾ ਸਿਸਟਮ ਗਿਲਕਾਰ ਆਡੀਓ ਤੋਂ ਇਹ ਸਿਸਟਮ ਬਜਦਾ ਜ਼ਬਰਦਸਤ ਜੇ ਤੁਸੀਂ ਸੁਣਨਾ ਚਾਹੁੰਦੇ ਹੋ ਪੰਜਾਬੀ ਗਾਣਾ ਇਹਦਾ ਤੇ ਸਾਡੀ ਇੰਸਟਾਗ੍ਰam ਈਡੀ ਨੂੰ ਜ਼ਰੂਰ ਫੋਲੋ ਕਰਿਓ ਮੋਡੀਫਾਈਡ ਅੰਡਰਸਕੋਰ ਕਲੱਬ 2020 ਨੂੰ نیچے ਫਲੈਸ਼ ਹੋ ਰਿਹਾ ਨਾਮ ਉੱਤੇ ਜਾ ਕੇ ਜ਼ਰੂਰ ਫੋਲੋ ਕਰੋ ਇੰਸਟਾਗ੍ਰam ਤੇ ਤੇ ਉੱਥੇ ਤੁਹਾਨੂੰ ਦੇਖਣ ਨੂੰ ਮਿਲੂਗੀ ਇਹਦੀ ਰੀਲ ਤੇ ਜ਼ਬਰਦਸਤ ਵਾਲੀ ਤੇ ਪੇਟੀ ਦਾ ਡਿਜ਼ਾਈਨ ਜਿਹੜਾ ਫਰੰਟ ਤੋਂ ਫਰੇਮ ਦਾ ਡਿਜ਼ਾਈਨ ਤੇ ਫਿਟਮੈਂਟ ਬਿਲਕੁਲ ਘੈਂਟ ਕੀ ਇੱਕ ਵੀ ਤਾਰ ਜਿਹੜੀ ਆ ਉਹ ਨਹੀਂ ਨਜ਼ਰ ਆ ਰਹੀ ਸਾਰਾ ਸੀਲਡ ਕੰਮ ਹੈ ਬਿਲਕੁਲ ਇੱਕ ਨੰਬਰ ਦੇ ਨਾਲ ਤੇ ਉਸ ਤੋਂ ਬਾਅਦ ਆ ਦੇਖੋ ਜੀ ਸਾਈਡ ਤੇ ਇਹ ਜਿਹੜਾ ਹੈਂਡਲ ਲਗਾਇਆ ਗਿਆ ਇਹ ਇੰਡੀਕੇਟਰ ਦੇ ਨਾਲ ਭਾਜੀ ਰਨ ਹੁੰਦੀ ਲਈ ਭਾਜੀ ਭਾਜੀ ਇੰਡੀਕੇਟਰ ਤੇ ਆ ਦੇਖੋ ਜੀ ਕੰਮ ਦੇਖੋ ਕਿੰਨਾ ਵਧੀਆ ਉੱਪਰ ਵੀ ਬਲੂ ਲਾਈਟ ਨੀਚੇ ਵੀ ਬਲੂ ਲਾਈਟ ਬਟ ਸੈਂਟਰ ਚ ਜਿਹੜੀ orange ਲਾਈਟ ਆ ਜਿਹੜੀ yellow ਲਾਈਟ ਜਿਹਨੂੰ ਆਪਾਂ ਕਹਿ ਦਿੰਨੇ ਆ ਇੰਡੀਕੇਟਰ ਦੇ ਨਾਲ ਰਨ ਹੁੰਦੀ ਹੈ ਤੇ ਇਹ ਜਿਹੜੇ ਐਂਪ ਲੱਗੇ ਨੇ ਸਬੂਫਰ ਨੂੰ ਰਨ ਹੋਣ ਵਾਸਤੇ ਉਹ ਲੱਗੇ ਜੀ ਐ ਤੇ ਇਹਨਾਂ 'ਚ ਹਵਾ ਕ੍ਰੋਸਿੰਗ ਦੀ ਜਗ੍ਹਾ ਪੂਰੀ ਛੱਡੀ ਗਈ ਹੈ ਭਾਜੀ ਕਿਹੜੇ ਕਿਹੜੇ ਐਂਪ ਲੱਗੇ ਆ ਭਾਜੀ ਤਿੰਨ ਮੋਬਾਈਲ ਆਡੀਓ ਦੇ ਮੋਨੋ ਐਂਪਲੀਫਾਇਰ ਲੱਗੇ ਆ ਓਕੇ ਜੀ ਇੱਕ 4 ਚੈਨਲ ਐਂਪਲੀਫਾਇਰ ਭਾਜੀ ਸਪੀਕਰਾਂ ਲਈ ਤੇ ਇੱਕ 2 ਚੈਨਲ ਐਂਪਲੀਫਾਇਰ ਸਪੀਕਰਾਂ ਲਈ ਭਾਜੀ ਤੇ ਇੱਕ 2 ਚੈਨਲ ਇੱਕ 4 ਚੈਨਲ ਤੇ ਤਿੰਨ ਲੱਗੀਆਂ ਮੋਨੋ ਕਿਉਂਕਿ ਪਿੱਛੇ ਵੀ ਭਾਜੀ ਸਪੀਕਰ ਨੇ ਮੋਰੇ ਵੀ ਫਰੰਟ ਤੇ ਵੀ ਨੇ ਕੀ ਬਾਤ ਹੈ ਆਪਾਂ ਪਿਛਲੇ ਸਪੀਕਰ ਇੱਕ ਵਾਰੀ ਦੇਖੀਏ ਭਾਜੀ ਜਰਾ ਹਾਂਜੀ ਹਾਂਜੀ ਆ ਚੈੱਕ ਕਰ ਸਕਦੇ ਹੋ ਜੀ ਤੁਸੀਂ ਜੇ ਕੈਮਰਾ ਜਸਟੀਫਾਈ ਕਰ ਰਿਹਾ ਨਾਈਟ ਦਾ AMTX ਦੇ ਰਾਉਂਡ ਸਪੀਕਰਸ ਲੱਗੇ ਆ ਚਾਰ ਤੇ ਇਹਨਾਂ ਨੂੰ ਇੱਕ 4 ਚੈਨਲ ਤੇ ਇੱਕ 2 ਚੈਨਲ ਲੱਗਾ ਪੂਰੀ ਪਾਵਰ ਦੇਣ ਲਈ ਜਿਹੜਾ 4 ਚੈਨਲ ਆ ਭਾਜੀ ਉਹ ਫਰੰਟ ਵਾਲੇ ਕੈਨਬੋਰਡ ਦੇ ਸਪੀਕਰ ਚਲਾਉਂਦਾ ਤੇ ਚਾਰ ਸਪੀਕਰ 650 ਵਟ ਪਾਇਨੀਰ ਦੇ ਰਨ ਹੁੰਦੇ ਭਾਜੀ ਉੱਤੇ ਤੇ ਜਿਹੜਾ 2 ਚੈਨਲ ਆ ਸਪੈਸ਼ਲ ਬੈਕ ਸਾਈਡ ਦੇ ਲਈ ਆ ਇਹ ਐਕਸ ਦੇ ਲੱਗੇ ਆ ਬਹੁਤ ਵਧੀਆ ਜੀ ਤੇ ਸਿਰਫ 2 ਚੈਨਲ ਆ ਚਾਰ ਸਪੀਕਰ ਰਨ ਕਰ ਰਿਹਾ ਤੇ ਆਊਟਪੁੱਟ ਇਹਦੀ ਜਬਰਦਸਤ ਹੈ ਤੇ ਇਹ ਆ ਜੀ ਬੈਕ ਸਾਈਡ ਤੋਂ ਬੇਟੀ ਦਾ ਡਿਜ਼ਾਈਨ ਇਹ ਚੈੱਕ ਕਰੋ ਪੂਰਾ ਦਾ ਪੂਰਾ ਜਬਰਦਸਤ ਵਾਲਾ ਭਾਜੀ ਲੱਗਾ ਹੋਇਆ ਉਹ ਥੱਲੇ ਵਸੇ ਤੇ ਆ ਲੱਗਿਆ ਜੀ ਬੈਕ ਕੈਮਰਾ ਆ ਚੈੱਕ ਕਰ ਸਕਦੇ ਹੋ ਤੁਸੀਂ ਫਿਟਮੈਂਟ ਇੱਕ ਨੰਬਰ ਜ਼ਬਰਦਸਤ ਵਾਲੀ ਦਿੱਤੀ ਗਈ ਹੈ ਕੰਮ ਪੂਰਾ ਘੈਂਟ ਤੇ ਪੇਟੀ ਦਾ ਡਿਜ਼ਾਈਨ ਤੁਸੀਂ ਜਰੂਰ ਦੇਖਿਓ ਕਿੱਦਾਂ ਦਾ ਲੱਗਾ ਉੱਪਰ ਸਪੀਕਰ ਫਿਟ ਹੈ ਨਾਲ ਲਾਈਟਿੰਗ ਦਾ ਵਰਕ ਇਸ ਟਾਈਮ ਜਿਹੜਾ ਨਾਈਟ 뷰 ਤੁਹਾਨੂੰ ਟਰੈਕਟਰ ਦਾ ਦਿੱਤਾ ਜਾ ਰਿਹਾ ਨਾਈਟ ਦੇ ਟਾਈਮ ਤੇ ਜਿਹੜਾ ਟਰੈਕਟਰ ਸ਼ੂਟ ਕੀਤਾ ਗਿਆ ਰਿਹਾ ਨਾ ਇਹਦੀ ਲਾਈਟਿੰਗ ਵਰਕ ਦੇ ਨਾਲ ਟਰੈਕਟਰ ਲੱਗ ਰਿਹਾ ਪੂਰਾ ਘੈਂਟ ਤੇ ਜ਼ਬਰਦਸਤ ਤੇ ਇਹ ਜਿਹੜੀਆਂ ਬੈਕ ਸਾਈਡ ਤੇ ਦੋ ਲਾਈਟਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਜਿਹੜੀਆਂ ਰਨ ਹੋ ਰਹੀਆਂ ਨੇ ਇਹ ਵੀ ਇੰਡੀਕੇਟਰ ਦੇ ਨਾਲ ਹੈ ਨਾ ਭਾਜੀ ਹਾਂਜੀ ਹਾਂਜੀ ਭਾਜੀ ਤੇ ਭਾਈ ਇਹਦਾ ਧੁੰਦ ਦਾ ਟਾਈਮ ਹੈ ਕੁਛ ਐਸਾ ਪਤਾ ਲੱਗਿਆ ਨਾ ਟਰੈਕਟਰ ਕਿੱਧਰ ਮੁੜਨਾ ਸਾਰਾ ਧਿਆਨ ਰੱਖਿਆ ਗਿਆ ਮਤਲਬ ਐ ਨਹੀਂ ਕਿ ਮੋਡੀਫਿਕੇਸ਼ਨ ਦੇ ਨਾਲ ਕਿਸੇ ਜਾਣ ਨਾ ਖੇਡਿਆ ਜਾਊਗਾ ਪੂਰਾ ਧਿਆਨ ਰੱਖ ਕੇ ਪੂਰਾ ਬਣਾਇਆ ਗਿਆ ਹੈ ਨਾ ਪੂਰਾ ਧਿਆਨ ਰੱਖਿਆ ਭਾਈ ਨੇ ਜ਼ਬਰਦਸਤ ਯਾਰ ਮਤਲਬ ਭਈ ਐਸਾ ਆਪਕੇ ਵਹਾਂ ਪੇ ਹੈਡ ਟਰੈਕਟਰ ਅਸੇ ਮੋਡੀਫਾਈ ਨਹੀਂ ਵੀ ਨਹੀਂ ਹੈ ਸਾਇਦ ਹੀ ਕੋਈ ਹੋਗਾ ਤਾਂ ਮਤਲਬ ਹਰਿਆਣਾ ਮੇ ਪਹਿਲਾ ਟਰੈਕਟਰ ਜਾ ਰਹਾ ਹੈ ਜਾਂ ਪੰਜਾਬ ਸੇ ਮੋਡੀਫਾਈ ਹੋ ਕੇ ਕੀ ਬਾਤ ਹੈ ਯਾਰ ਤੋਂ ਬਹੁਤ ਹੀ ਵਧੀਆ ਜੀ ਤੇ ਇਹ ਜਿਹੜੀ ਬਾਕੀ ਐਮਪ ਜਿਹੜੇ ਤੁਹਾਨੂੰ 3 2 ਐਮਪ ਉਧਰ ਦਿਖਾਏਗੇ 3 ਇਧਰ ਲੱਗੇ ਤੇ ਟੋਟਲ ਲੱਗੇ 6 ਐਂਪਰ ਉਧਰ ਤੇ ਇੰਦਰ ਹਾਂਜੀ ਭਾਜੀ 6 ਐਂਪ ਭਾਜੀ 6 ਐਂਪ ਲੱਗੇ ਨੇ ਜੀ ਤੇ ਇੱਧਰ ਵੀ ਸਾਈਡ ਤੋਂ ਤੁਸੀਂ ਪੂਰਾ ਡਿਜ਼ਾਈਨ ਚੈੱਕ ਕਰ ਸਕਦੇ ਹੋ ਤੇ ਆਹ ਰਿਵਰਸ ਕਟਿੰਗ ਦੇ ਨਾਲ ਹੈਂਡਲ ਦੇ ਉੱਤੇ ਜਿਹੜਾ ਰਿਵਰਸ ਕਟਿੰਗ ਕਰਾ ਕੇ ਡਿਜ਼ਾਈਨ ਬਣਵਾਇਆ ਗਿਆ ਵੀ ਜ਼ਬਰਦਸਤ ਚੈਸੀ ਲਾਈਟਸ ਲੱਗੀਆਂ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਰੇਡੀਅਲ ਟਾਇਰ ਤੁਹਾਨੂੰ ਮੈਂ ਲਾਈਨਸ ਦੇ ਦੱਸ ਦਿੱਤੇ ਆ ਤੇ نیچے ਤੋਂ ਜਿਹੜੀਆਂ ਲਾਈਟ ਲੱਗੀਆਂ ਨੇ ਜਿਹੜੀਆਂ ਚੈਸੀ ਲਾਈਟਸ ਉਹ ਵੀ ਮੈਂ ਤੁਹਾਨੂੰ ਜਾਂਦੇ ਜਾਂਦੇ ਦਿਖਾਣਾ ਚਾਹਨਾ ਤੇ ਸਾਰਾ ਕੰਮ ਇੱਕ ਨੰਬਰ ਸਾਰਾ ਦਾ ਸਾਰਾ ਗਿਲਕਾਰ ਆਡੀਓ ਤੋਂ ਇੱਕ ਇੱਕ ਚੀਜ਼ ਤੁਹਾਨੂੰ ਦੱਸ ਦਿੱਤੀ ਗਈ ਹੈ ਜਬਰਦਸ ਸੁਪਰਬ ਵਾਲਾ ਕੰਮ ਹੈ ਤੇ ਆਪਾਂ ਜਾਣਦੇ ਜਾਂਦੇ ਭਰਾ ਤੋਂ ਪੁੱਛਦੇ ਐ ਐਡਰੈਸ ਤੇ ਫੋਨ ਨੰਬਰ ਇੱਥੇ ਦਾ ਭਾਜੀ ਐਡਰੈਸ ਹੈਗਾ ਜੀ ਬੀਪੀਓ ਸੜੋਆ ਤੇ ਫੋਨ ਨੰਬਰ ਹੈਗਾ 8872590445 ਭਾਜੀ ਨੰਬਰ ਨੀਚੇ ਫਲੈਸ਼ ਵੀ ਹੋ ਰਿਹਾ ਤੇ ਮੈਨੂੰ ਨਹੀਂ ਲੱਗਦਾ ਕਿ ਭਰਾ ਵਰਗੇ ਰੇਟ ਤੁਹਾਨੂੰ ਪੂਰੇ ਪੰਜਾਬ 'ਚ ਕੋਈ ਦੇਣ ਵਾਲਾ ਕਿਉਂਕਿ ਸਾਰੀ ਮੈਨੂਫੈਕਚਰਿੰਗ ਭਰਾ ਦੀ ਆਪਦੀ ਆ ਪੇਟੀਆਂ ਇੱਥੇ ਹੀ ਬੰਦੀਆਂ ਨੇ ਹਾਂਜੀ ਹਾਂਜੀ ਭਾਜੀ ਉਹ ਪਰਲੇ ਪਾਸੇ ਉਹ ਦੇਖੋ ਜੀ ਪੇਟੀਆਂ ਦਾ ਸਾਰਾ ਕੰਮ ਉਧਰ ਬਣ ਰਿਹਾ ਹੁਣ ਵੀ ਚੱਲ ਰਿਹਾ ਕੰਮ ਟਰੈਕਟਰ ਦੇਖੋ ਤੁਸੀਂ ਕਿੰਨੇ ਵੱਡੇ ਖੜੇ ਆ ਸਾਰਿਆਂ ਦੀ ਵੀਡੀਓ ਤੁਹਾਡੇ ਲਈ ਆਉਣ ਵਾਲੀ ਹੈ ਤੇ ਗਿਲ ਕਰ ਰਹੇ ਹੁਣ ਜਿਹਦੇ ਆਪਾਂ ਖੜੇ ਆ ਬਾਈ ਬਹੁਤ ਬੜੀਆ ਲਗਾ ਹਰਿਆਣਾ ਸੇ ਆ ਕੇ ਆਪਣੇ ਪਿਆਰ ਦਿਆ ਹਮੇ ਔਰ ਸੀਰੀਅਸਲੀ ਬਹੁਤ ਅੱਛਾ ਲਗਾ ਬਹੁਤ ਬਹੁਤ ਤਾਂ ਬਸ ਹਰਿਆਣਾ ਵਾਲੋ ਕੋ ਵੀ ਬੋਲਨਾ ਕਿ ਹਮੇ ਐਸੀ ਪਿਆਰ ਦیتے ਰਹੇ ਤਾਂ ਉਹਨਾਂ ਕੇ ਲਈ ਹਮ ਵੀਡੀਓਸ ਲੈ ਕੇ ਆਤੇ ਰਹੇਗੇ ਵਾਹ ਵੀ ਅੱਛੀ ਲੱਗਤੀ ਹੈ ਹਮਾਰੀ ਵੀਡੀਓ ਸਭ ਕੋ ਬਹੁਤ ਬੜੀਆ ਤੋ ਬਾਈ ਹਮ ਲੈ ਕੇ ਆਤੇ ਰਹੇਗੇ ਫੇਮਸ ਹੋ ਰਹੇ ਹਾਂ ਉहां ਤੱਕ। ਸ਼ੁਕਰੀਆ ਬਾਈ ਸ਼ੁਕਰੀਆ। ਤੋ ਐਸੇ ਹੀ ਹਮ ਵੀਡੀਓਜ਼ ਲੈ ਕੇ ਆਤੇ ਰਹੇਗੇ। ਤੁਹਾਡੇ ਲਈ ਵੀ ਦੋਸਤੋ ਵੀਡੀਓ ਆਉਂਦੀਆਂ ਰਹਿਣਗੀਆਂ। ਤੁਸੀਂ ਬਸ ਪਿਆਰ ਦਿੰਦੇ ਰਹੀਓ ਪਿਆਰ ਦਿੰਦੇ ਹੋ। ਬਹੁਤ ਵਧੀਆ ਲੱਗਦਾ ਮਿਲਦੇ ਹਾਂ ਗੱਲ ਨਵੀਂ ਵੀਡੀਓ 'ਚ। ਜਿੰਦਾ ਪਿਆਰ ਦਿੰਦੇ ਹੋ ਨਾ ਇੱਥੇ ਉਦਾਂ ਹੀ ਇੰਸਟਾਗ੍ਰਾਮ ਤੇ ਵੀ ਜਾ ਕੇ ਦਿਓ ਕਿਉਂਕਿ ਇਹਦਾ ਪੰਜਾਬੀ ਗਾਣਾ ਜਿਹੜਾ ਤੁਹਾਨੂੰ ਸੁਣਨ ਨੂੰ ਮਿਲੇਗਾ ਸਾਡੀ ਇੰਸਟਾਗ੍ਰਾਮ ਆਈਡੀ ਤੇ ਮਿਲੇਗਾ। ਤੇ ਮਿਲਦੇ ਹਾਂ ਗੱਲ ਨਵੀਂ ਵੀਡੀਓ 'ਚ ਪਿਆਰ ਦਿੰਦੇ ਰਹੀਓ। ਲਵ ਯੂ ਆਲ। ਥੈਂਕ ਯੂ ਸੋ ਮੱਚ।